ਧੋਨੀ ਹੈ ਨਹੀਂ ਤੇ ਹੁਣ ਵਰਲਡ ਕੱਪ ਜਿੱਤ ਸਕਦੇ ਹਾਂ, ਇਹ ਕਹਿਣਾ ਹੈ ਯੁਵਰਾਜ ਸਿੰਘ ਦਾ। ਐਕਟਰ ਤੇ ਕ੍ਰਿਕਟਰ ਯੁਵਰਾਜ ਸਿੰਘ ਦੇ ਨਾਲ ਰੀਸੈਂਟਲੀ ਸਾਡੀ ਗੱਲਬਾਤ ਹੋਈ, ਜਿੱਥੇ ਕਿ ਉਹਨਾਂ ਦੀ ਅਪਕਮਿੰਗ ਫਿਲਮ ਕੁੜੀ ਹਰਿਆਣੇ ਵਾਲ ਦੀ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਕੀਤੀ। ਉੱਥੇ ਅਸੀਂ ਯੁਵਰਾਜ ਸਿੰਘ ਤੋਂ T20 ਵਰਲਡ ਕੱਪ ਨੂੰ ਲੈ ਕੇ ਸਵਾਲ ਪੁੱਛਿਆ। 9 ਤਰੀਕ ਨੂੰ ਇੰਡੀਆ ਵਰਸਿਸ ਪਾਕਿਸਤਾਨ ਦਾ ਮੈਚ ਨਿਊਯਾਰਕ ਵਿਖੇ ਹੋਏਗਾ, ਜਿਸ ਨੂੰ ਲੈ ਕੇ ਯੁਵਰਾਜ ਸਿੰਘ ਨੇ ਕਿਹਾ ਕਿ ਧੋਨੀ ਨਹੀਂ ਹੈ ਤੇ ਹੁਣ ਵਰਲਡ ਕੱਪ ਜਿੱਤ ਸਕਦੇ ਹਾਂ। ਇਹ ਮੈਂ ਨਹੀਂ ਕਹਿੰਦਾ, ਸਾਰੀ ਦੁਨੀਆ ਕਹਿੰਦੀ ਹੈ, ਗੌਤਮ ਗੰਭੀਰ ਵੀ ਕਹਿੰਦਾ, ਜੋ ਬੀਜੇਗਾ ਉਹ ਕੱਟ ਕੇ ਜਾਏਗਾ। ਸੋ ਇਹੀ ਰੀਜ਼ਨ ਸੀ ਕਿ ਚੇਨਈ ਸੁਪਰ ਕਿੰਗ ਵੀ ਇਸ ਵਾਰ ਨਹੀਂ ਜਿੱਤੀ। ਸੋ ਸਭ ਕੁਝ ਇੱਥੇ ਹੀ ਹੈ, ਯੁਵਰਾਜ ਸਿੰਘ T20 ਵਰਲਡ ਕੱਪ ਦਾ ਐਂਬੈਸਡਰ ਹੈ। ਸੋ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਟੀਮ ਇੰਡੀਆ ਵਰਲਡ ਕੱਪ ਜਿੱਤ ਸਕਦੀ ਹੈ ਤੇ ਧੋਨੀ ਇਸ ਵਾਰ ਨਹੀਂ ਹੈ ਤੇ ਟੀਮ ਇੰਡੀਆ ਇਹ ਵਰਲਡ ਕੱਪ ਜ਼ਰੂਰ ਜਿੱਤੇਗੀ। ਦੂਜੇ ਪਾਸੇ ਇੰਡੀਆ ਵਰਸਿਸ ਪਾਕਿਸਤਾਨ ਮੈਚ ਨੂੰ ਲੈ ਕੇ ਵੀ ਯੁਵਰਾਜ ਸਿੰਘ ਨੇ ਕਿਹਾ ਕਿ ਲੋਕਾਂ ਨੇ ਮਹਾ ਮੁਕਾਬਲਾ ਬਣਾਇਆ ਹੋਇਆ, ਇਹ ਸਿਰਫ ਕ੍ਰਿਕਟ ਮੈਚ ਹੈ। ਸੋ ਐਜ਼ ਇੰਡੀਅਨ ਮੈਂ ਚਾਹੁੰਦਾ ਕਿ ਇੰਡੀਆ ਟੀਮ ਜ਼ਰੂਰ ਜਿੱਤੇ। ਯੁਵਰਾਜ ਸਿੰਘ ਕ੍ਰਿਕਟ ਨੂੰ ਲੈ ਕੇ ਹਮੇਸ਼ਾ ਆਪਣੀ ਸਟੇਟਮੈਂਟ ਦਿੰਦੇ ਰਹਿੰਦੇ ਨੇ ਤੇ ਧੋਨੀ ਨੂੰ ਲੈ ਕੇ ਉਹਨਾਂ ਦਾ ਬਿਆਨ ਕਦੀ ਵੀ ਨਹੀਂ ਬਦਲਿਆ। ਯੁਵਰਾਜ ਸਿੰਘ ਨੂੰ ਲੈ ਕੇ ਜੋ ਵੀ ਪੋਲਿਟਿਕਸ ਜੋ ਵੀ ਉਸ ਸਮੇਂ ਹੋਇਆ, ਯੁਵਰਾਜ ਸਿੰਘ ਹਮੇਸ਼ਾ ਇੰਟਰਵਿਊ ਦੇ ਜ਼ਰੀਏ ਉਹ ਪੜਾਸ ਕੱਢਦੇ ਰਹਿੰਦੇ ਨੇ ਤੇ ਧੋਨੀ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਰਹਿੰਦੇ ਨੇ। ਇੱਕ ਵਾਰ ਫਿਰ ਤੋਂ ਯੁਵਰਾਜ ਸਿੰਘ ਨੇ ਧੋਨੀ ਉੱਤੇ ਨਿਸ਼ਾਨਾ ਸਾਧਿਆ। ਐਜ਼ ਏ ਹਿੰਦੁਸਤਾਨੀ ਮੈਂ ਚਾਹੂੰਗਾ ਸੀ ਜਿੱਤੀਏ, ਵਰਲਡ ਕੱਪ ਵੀ ਜਿੱਤੀਏ। ਵਰਲਡ ਕੱਪ ਜਿੱਤਣਾ ਚਾਹੀਦਾ, ਜੇ ਹੁਣ ਨਾ ਜਿੱਤਿਆ ਫਿਰ ਕਦੇ ਜਿੱਤਣਾ, ਕਿਉਂਕਿ ਹੁਣ ਧੋਨੀ ਹੈ ਨਹੀਂ, ਫਿਰ ਜਿੱਤਾਂਗੇ। ਨਹੀਂ, ਹੱਸਣ ਵਾਲੀ ਕੋਈ ਗੱਲ ਨਹੀਂ, ਹਾਂਜੀ ਹਾਂਜੀ, ਮੈਂ ਸਹੀ ਗੱਲ ਕਹਿੰਦਾ, ਤੁਸੀਂ ਅੱਗੇ ਵੀ ਮੈਂ ਨਹੀਂ ਕਹਿ ਰਿਹਾ, ਸਾਰੀ ਦੁਨੀਆ ਕਹਿ ਰਹੀ ਹੈ, ਗੌਤਮ ਗੰਭੀਰ ਨਹੀਂ ਕਹਿ ਰਿਹਾ, ਰੋਹਿਤ ਸ਼ਰਮਾ ਨਹੀਂ ਕਹਿ ਰਿਹਾ, ਸਾਰੀ ਦੁਨੀਆ ਕਹਿੰਦੀ ਹੈ। ਦੇਖੋ ਗੌਤਮ ਗੰਭੀਰ ਨੇ IPL ਇੱਕ ਸੀਜ਼ਨ ਇਸ ਵਾਰ ਕੀਤਾ, ਕੋਚਿੰਗ ਜਿੱਤਾ, ਉਹ ਛੱਡੋ ਜੀ, ਉਹ ਯੁਵਰਾਜ ਸਿੰਘ ਬਾਰੇ ਕੀ ਬੋਲਦਾ, ਉਹ ਕਹਿੰਦੇ ਕ੍ਰੈਡਿਟ ਨਹੀਂ, ਹਾਂ ਤਾਂ ਐਤਕੀ ਜਿੱਤ ਜਾਣਾ ਆਪਾਂ, ਕਿਉਂਕਿ ਐਤਕੀ ਹੋਇਆ ਨਹੀਂ, ਉਹ ਪਿੱਛੇ ਆਪਣੀ ਟੀਮ ਵੀ ਸਟਰੋਂਗ ਆ, ਔਰ ਹਾਰੀ ਕਿ ਨਹੀਂ ਸੁਪਰ ਚੇਨਈ, ਕਿਉਂ ਹਾਰੀ ਤੇ ਹੁਣ ਕਿਉਂ ਛੱਡਤਾ ਖੇਡਣਾ, ਹਰ ਆਦਮੀ ਜਿਹੜਾ ਬੀਜਦਾ ਉਹ ਕੱਟਦਾ ਹੈ। ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ, ਰੱਬ ਰਾਖਾ।